ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਸਿੰਘ, ਸਨ ਆਫ ਸ਼ੰਕਰ ਸਿੰਘ, ਪਿੰਡ ਬਲ 9, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਅਸੀਂ ਇੱਥੇ ਜੋ ਕੱਲ੍ਹ ਵਾਕਿਆ ਹੋਇਆ, ਇੱਥੇ ਦਰਖਤ ਲਾਏ ਹੋਏ ਸੀਗੇ ਨਾਲ ਨਾਲ ਗੁਰਦੁਆਰੇ ਦੀ ਕੰਧ ਦੇ ਨਾਲ, ਕੋਈ 6-7 ਸਾਲ ਤੋਂ ਲੱਗੇ ਹੋਏ ਸੀਗੇ। ਉਹਨਾਂ ਦਾ ਕੋਈ ਵੀ ਅੜਿੱਕਾ ਨਹੀਂ ਇੱਥੇ, ਕੋਈ ਵੀ ਆ ਇੱਥੇ। ਕੱਲ੍ਹ ਕੁਛ ਆਂਸਰ ਅਸੀਂ ਕਹਿ ਸਕਦੇ ਹਾਂ, ਇੱਕ NRI ਆਇਆ ਸਾਡੇ ਇੱਥੇ, ਧਾਰਾ ਸਿੰਘ, ਸਨ ਆਫ ਕਿਸ਼ਨ ਸਿੰਘ। ਉਹਨੇ ਕੁਛ ਬੰਦੇ ਇਕੱਠੇ ਕਰਕੇ ਇੱਥੇ ਲਿਆ ਕੇ, ਅਸੀਂ ਚਲੇ ਗਏ ਗੱਡੀ ਦੇ ਵਿੱਚ ਆਪਦੇ ਕੰਮ 'ਤੇ। ਇੱਥੇ ਉਹਨਾਂ ਨੇ ਦਰਖਤ ਵੱਢਣੇ ਸ਼ੁਰੂ ਕਰ ਦਿੱਤੇ, ਜੋ ਕਿ ਇੱਥੇ ਕੋਠੇ ਤੋਂ ਵੀ ਉੱਚੇ ਉੱਚੇ ਦਰਖਤ ਸੀਗੇ। ਵੀਡੀਓ ਸਾਡੇ ਕੋਲ ਮੌਜੂਦ ਆ, ਜਿਹਦੇ ਵਿੱਚ ਬੰਦੇ ਬਗੀਚਾ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਦਾ ਲੜਕਾ, ਅਤੇ ਉਹਨਾਂ ਦੇ ਚਾਚੇ ਦਾ ਪੁੱਤ ਕੁਲਵੰਤ ਸਿੰਘ, ਆਪਣੇ ਅੰਮ੍ਰਿਤਪਾਲ ਸਿੰਘ, ਲਾਲ ਸਿੰਘ, ਦੀਪਾ ਦੇ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਦਲਵਾਰ ਸਿੰਘ ਅਤੇ ਹੋਰ ਬਹੁਤ ਜਣੇ ਸੀਗੇ, ਸੁਖਚੈਨ ਸਿੰਘ, ਭਾਗ ਸਿੰਘ। ਇਹ ਬੰਦਿਆਂ ਨੇ ਇੱਥੇ ਆਣ ਕੇ ਦਰਖਤ ਵੱਢੇ ਆ, ਦਰਖਤ ਵੱਢ ਕੇ ਇਕੱਠੇ ਕਰਕੇ ਟਰਾਲੀ ਚੱਲ ਕੇ ਲੱਦ ਗਏ ਆ। ਘਰ ਦੇ ਸਾਡੇ ਇੱਥੇ ਸੀਗੇ, ਬਲਜੀਤ ਕੌਰ, ਮੇਰੀ ਆ ਘਰਵਾਲੀ ਖੜ੍ਹੀ ਆ। ਇਹਨਾਂ ਨੇ ਉਹਨਾਂ ਨੂੰ ਰੋਕਿਆ, ਉਹ ਨਹੀਂ ਰੁਕੇ। ਉਹ ਕਹਿੰਦੇ ਅਸੀਂ ਤਾਂ ਵੱਢਣੇ ਆ, ਇੱਦਾਂ ਵੱਢ ਕੇ ਲਿਜਾਣੇ ਆ, ਸਾਡਾ ਰਾਜ ਆ। ਅਸੀਂ ਇਹ ਬੇਨਤੀ ਕਰਦੇ ਹਾਂ ਵੀ ਰਾਜ ਭਗਵੰਤ ਮਾਨ ਦਾ ਆਇਆ ਵਾ, ਅਸੀਂ ਕਹਿੰਦੇ ਬਹੁਤ ਵਧੀਆ ਵਾ, ਪਰ ਆ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਥੇ ਗੁੰਡਾ ਅਨਸਰਾਂ ਨੇ ਆਹ ਦਿਨ ਦਿਹਾੜੇ ਇਹ ਰੁੱਖ ਵੱਢੇ ਆ। ਰੁੱਖ ਵੱਢਣੇ ਮੈਨੂੰ ਦੱਸ ਦਿਓ ਵੀ ਪਹਿਲਾਂ ਚੰਗੀ ਗੱਲ ਆ, ਕੋਈ ਚੰਗੀ ਗੱਲ ਨਹੀਂ। ਬਾਕੀ ਲੋਕੀ ਲਾਉਂਦੇ ਆ, ਗੌਰਮੈਂਟ ਨੇ, ਭਗਵੰਤ ਮਾਨ ਨੇ ਕਿੰਨੀ ਮੁਹਿੰਮਾਂ ਚਲਾਈ ਆ ਵੀ ਦਰਖਤ ਲਾਓ। ਇੱਥੇ ਇਹਨਾਂ ਬੰਦਿਆਂ ਨੇ ਦਰਖਤ ਇੱਥੇ ਲਾਏ ਆ ਵੀ ਦਰਖਤ ਲਾਉਣੇ ਚਾਹੀਦੇ ਨਰੇਗਾ ਦੇ ਵਿੱਚ, ਅਤੇ ਇਹਨਾਂ ਬੰਦਿਆਂ ਨੇ ਇੱਥੇ ਦਰਖਤ ਵੱਢੇ ਆ, ਜੋ ਕਿ ਇੱਕ ਬਹੁਤ ਮਾੜੀ ਘਟਨਾ ਵਾ। ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਬੰਦਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ। ਅਸੀਂ ਇਹਦੇ ਸੰਬੰਧ ਦੇ ਵਿੱਚ ਅਸੀਂ ਪਹਿਲਾਂ BDO ਸਾਹਿਬ, DDPO ਸਾਹਿਬ, ADC ਸਾਹਿਬ, DC ਸਾਹਿਬ, ਡਾਇਰੈਕਟਰ ਸਾਹਿਬ, ਮਤਲਬ ਇਹਨਾਂ ਨੂੰ ਅਸੀਂ ਮਿਲੇ ਹਾਂ, ਕੱਲ੍ਹ ਵੀ ਮਿਲੇ ਹਾਂ, ਅੱਜ ਵੀ ਮਿਲ ਕੇ ਆਏ ਹਾਂ। ਅਜੇ ਤੱਕਰ ਚਲੋ ਉਹਨਾਂ ਨੇ ਵੀ ਸਾਨੂੰ ਦੱਸਿਆ, ਉਹਨਾਂ 'ਤੇ ਸਿਆਸੀ ਦਬਾਅ ਬਹੁਤ ਜਾ ਰਿਹਾ ਇਹਦਾ, ਜੋ ਇਸ ਵੇਲੇ ਚੱਲ ਰਿਹਾ ਵਾ। ਉਹਨਾਂ ਦੇ ਉਹ ਆਉਣਗੇ, ਪਰ ਉਹ ਕਹਿੰਦੇ ਸਾਡੇ 'ਤੇ ਬਹੁਤ ਦਬਾਅ ਪਾ ਰਿਹਾ ਵੀ ਤੁਸੀਂ ਉੱਥੇ ਜਾਣਾ ਨਹੀਂ, ਇੱਦਾਂ ਨਹੀਂ ਕਰਨਾ ਨਹੀਂ। ਅਫਸਰ ਬਹੁਤ ਵਧੀਆ ਸਾਡੇ ਨਾਲ ਬੜੀ, ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡੇ ਨਾਲ ਉਹਨਾਂ ਨੂੰ ਮਿਲਿਆ, ਸਾਨੂੰ ਦਰਖਾਸਤਾਂ ਦੇ ਨੰਬਰ ਵੀ ਲਾ ਕੇ ਦਿੱਤੇ ਆ, ਅਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਸਖ਼ਤ ਤੋਂ ਸਖ਼ਤ। ਜੇ ਇੱਦਾਂ ਹੀ ਦਰਖਤ ਵੱਢੇ ਹੁੰਦੇ ਹੋਏ ਤਾਂ ਵਾਤਾਵਰਨ ਦਾ ਕੀ ਬਣੂਗਾ, ਸਾਡੇ ਪੰਜਾਬ ਦਾ ਕੀ ਬਣੂਗਾ? ਅਸੀਂ ਤਾਂ ਦਰਖਤ ਲਾਉਂਦੇ ਹਾਂ, ਇਹ ਦਰਖਤ ਮਗਰ ਵੱਢਣ 'ਤੇ ਹੋਏ ਆ। ਜੋ NRI ਆਇਆ ਤਾਰਾ ਸਿੰਘ, ਅਮਰੀਕਾ ਤੋਂ ਆਇਆ, USA ਤੋਂ, ਉੱਥੇ USA ਦੇ ਵਿੱਚ ਇਹ ਦੇਖ ਕੇ ਆ, ਦੇਖੋ ਉੱਥੇ ਕੀ ਵਾਤਾਵਰਨ ਦਾ ਬਣਾਇਆ। ਉੱਥੇ ਇੱਕ ਮਿੱਟੀ ਦਾ ਇੱਦਾਂ ਵੀ ਤਣਕਾ ਨਹੀਂ ਉਹ ਲਾਉਂਦੇ, ਜਿੱਥੇ ਪਹਾੜੀ ਆ ਉੱਥੇ ਪਹਾੜੀ, ਜਿੱਥੇ ਕੋਈ ਵੀ ਚੀਜ਼ ਆ ਉੱਥੇ ਬਣੀ ਆ, ਉਹਨੂੰ ਕੋਈ ਵਾਤਾਵਰਨ ਨੂੰ ਪਾਸੇ ਨਹੀਂ ਕਰਦੇ। ਇੱਥੇ ਆਣ ਕੇ ਪਾ ਕੇ ਗਲਾਂ ਵਿੱਚ ਸਾਫੇ ਖੱਟੇ, ਤਾਂ ਕਹਿੰਦੇ ਅਸੀਂ ਗੁਰਦੁਆਰੇ ਦੀ ਸੇਵਾ ਕਰਨਾ ਆ, ਨਾ ਸੇਵਾ ਦਾ ਇੱਕ ਬਹਾਨਾ ਵਾ। ਦਰਖਤ ਉਹਨਾਂ ਨੇ ਛਰੇ ਆਮ ਵੱਢੇ ਆ, ਜਿਹੜੇ ਬੰਦਿਆਂ ਸਾਥ ਦਿੱਤਾ ਇਹਨਾਂ 'ਤੇ ਦੋ ਦੋ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਆ, ਜਿਹੜੇ ਬੰਦੇ ਨਾਲ ਆ ਇਹਨਾਂ 'ਤੇ ਪਹਿਲਾਂ ਵੀ ਪਿੰਡ ਦੇ ਵਿੱਚ ਪਰਚੇ ਦਰਜ ਹੋਏ ਹੋਏ ਆ। ਇਸ ਕਰਕੇ ਅਸੀਂ ਤਾਂ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਸਖ਼ਤ ਤੋਂ ਸਖ਼ਤ। ਇਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ, ਤੁਸੀਂ ਇੱਕ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ? ਹਾਂਜੀ। ਕੋਈ ਪੁਲਿਸ ਨੂੰ ਵੀ ਇਹਦੀ ਕੰਪਲੇਂਟ ਕੀਤੀ? ਬਹੁਤ ਜ਼ਰੂਰ ਕੰਪਲੇਂਟ ਕੀਤੀ ਆ। ਤੇ ਪੁਲਿਸ ਨੇ ਕੀ ਕੀਤਾ? ਕੱਲ ਪੁਲਿਸ ਆਇਆ ਕਿ ਇੱਕ SI ਇੱਥੇ ਆਇਆ ਸੀਗਾ, ਤੋ ਦੇਖ ਕੇ ਵੀਡੀਓ ਬਣਾ ਕੇ ਚਲੇ ਗਿਆ। ਅੱਛਾ ਜੀ। ਹਾਂਜੀ, ਉਹਨਾਂ ਨੇ ਇਹ ਕਿਹਾ ਵਾ ਵੀ ਸਾਨੂੰ ਮਹਿਕਮਾ ਜਿਹੜਾ ਇਹ ਰਿਪੋਰਟ ਕਰੂਗਾ, ਅਸੀਂ ਕਾਰਵਾਈ ਕਰਾਂਗੇ। ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਨਹੀਂ ਕਰਾਂਗੇ, ਪਰ ਇਹ ਮਹਿਕਮੇ ਨੇ ਉਹ ਕਹਿੰਦੇ ਸਾਨੂੰ ਕਰਨੀ ਆ,
ਵੀ ਮਹਿਕਮਾ ਸਾਨੂੰ ਲਿਖੂਗਾ ਸਾਰੀ ਰਿਪੋਰਟ ਕਰਕੇ ਆਪਦੀ ਵੀ ਇੱਥੇ ਦਰਖਤ ਆ ਵੱਢ ਹੋਏ ਆ। ਵੀਡੀਓ ਸਾਡੇ ਕੋਲ ਬਣੀਆਂ ਹੋਈਆਂ ਜਿਹੜੇ ਦਰਖਤ ਸੀਗੇ, ਹਾਂਜੀ ਕਿੰਨਾ ਸਮੇਂ ਤੋਂ ਲੱਗੇ ਹੋਏ? ਉਹ 6 ਸਾਲ ਤੋਂ ਲੱਗੇ ਆ ਜੀ, 5 ਤੋਂ 6 ਸਾਲ ਦੇ ਵਿੱਚ ਦੇ ਲੱਗੇ ਹੋਏ। ਉਹ ਦਰਖਤ ਕੋਠੇ ਨੂੰ ਵੀ ਇਹਦੇ ਨਾਲ ਜਿਹੜਾ ਕੋਠਾ ਇਹਨੂੰ ਵੱਡੇ ਵੱਡੇ, ਉਹ ਦੇਖੋ ਦਰਖਤ, ਅੱਛਾ ਜੀ, ਉਧਰ ਨੂੰ ਮਾੜਾ ਜਿਹਾ ਕੈਮਰਾ ਮਾਰੋ, ਉਹ ਤੋਂ ਵੀ ਵੱਡੇ ਸੀਗੇ ਜਿਹੜੇ ਦਰਖਤ ਸੀਗੇ। ਅਸੀਂ ਮੰਗ ਇਹ ਕਰਦੇ ਹਾਂ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ, ਜੋ ਬਣਦੀ ਕਾਰਵਾਈ ਆ। ਅਸੀਂ ਇਹ ਨਹੀਂ ਕਹਿੰਦੇ, ਜੋ ਵੀ ਬਣਦੀ ਕਾਰਵਾਈ ਆ, ਸਾਡੇ ਕੋਲ ਵੀਡੀਓ ਮੌਜੂਦ ਆ, ਇਹਨਾਂ ਫੋਨਾਂ 'ਚ ਵੀ ਆ, ਸਾਡੇ ਕੈਮਰੇ ਲੱਗੇ ਹੋਏ ਘਰ ਦੇ ਮੂਹਰੇ, ਉਹਨਾਂ ਕੈਮਰਿਆਂ ਵਿੱਚ ਵੀ ਆ। ਅਸੀਂ ਕੋਈ ਬੰਦਾ ਨਜਾਇਜ਼ ਨਹੀਂ, ਜਿਹੜੇ ਬੰਦੇ ਕੈਮਰੇ ਦੇ ਵਿੱਚ ਆਏ ਉਹ ਬੂਟੇ ਵੱਢਦੇ ਆ, ਚੱਕਦੇ ਆ, ਵਿੱਚ ਰਸਦੇ, ਟਰਾਲੀਆਂ ਦੇ ਵਿੱਚ ਰੱਖਦੇ ਆ, ਲਿਜਾਂਦੇ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਬੂਟੇ ਘੱਟੋ ਘੱਟ ਮੇਰੇ ਖਿਆਲ 'ਚ ਵੀ 15-20 ਬੂਟੇ ਸੀਗੇ। ਜਿਹੜੀ ਇਸ ਵੇਲੇ ਸਰਕਾਰ ਆ ਉਹਨਾਂ ਤੇ, ਜੋ ਅਸੀਂ ਇਹ ਨਹੀਂ ਕਹਿੰਦੇ ਵੀ ਭਗਵੰਤ ਮਾਨ, ਆਮ ਪਾਰਟੀ ਸਾਰੀ ਨੂੰ, ਜਿਹਦੇ ਕੁਛ ਬੰਦੇ ਜਿਹੜੇ ਮੋਹਤਵਾਰ ਬਣੇ ਹੋਏ ਆ ਸਾਡੇ ਏਰੀਏ ਦੇ, ਉਹਨਾਂ ਦੇ ਸ਼ਹਿਰ 'ਤੇ ਕੰਮ ਹੋਇਆ। ਉਹ ਇੱਥੇ ਵੀ ਕਹਿੰਦੇ ਆ ਵੀ ਅਸੀਂ ਐਂ ਕਰ ਦੇਵਾਂਗੇ, ਸਾਨੂੰ ਉਹ ਕਹਿੰਦੇ ਵੀ ਭੱਟ ਸਿੱਟੋ, ਗੱਲਾਂ ਕਰਦੇ ਅਸੀਂ ਸੁਣੇ ਆ, ਇੱਥੇ ਬੁੜੀਆਂ ਨੇ ਉਹ ਸੁਣੇ ਆ, ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਸੀਂ ਜਾ ਕੇ ਭੱਟ ਸਿੱਟੋ, ਭੱਟ ਕੇ ਮੁੱਦਾ ਹੀ ਗਵਾ ਦਿਓ। ਔਰ ਆਹ ਦੇਖ ਲਓ, ਇੱਥੇ ਟੈਲਟਾਂ ਉੱਪਰ ਲੱਗਣ ਡੀਆਂ ਹੋਈਆਂ ਛੜੀਆਂ, ਜਿਹੜਾ ਕਿ ਪੰਚਾਇਤ ਵੀ ਹੈ ਨਹੀਂ ਇਸ ਵੇਲੇ, ਨਾ ਪੰਚਾਇਤ ਆ ਨਾ ਸਰਪੰਚ ਆ, ਜਿਹੜੀਆਂ ਪੰਚਾਇਤ ਆ ਜਿਹੜੀਆਂ ਗਲੀ ਦੀਆਂ ਇੱਟਾਂ ਕੌਣ ਪੜ ਸਕਦਾ ਤੇ ਕੌਣ ਲਾ ਸਕਦਾ? ਕਾਨੂੰਨੀ ਤੌਰ ਤੇ ਇਹ ਵੀ ਇੱਕ ਗੁੰਡਾ ਰਾਜ ਆ, ਕੋਈ ਨਾ ਇੱਟ ਪੜ ਸਕਦਾ ਨਾ ਕੋਈ ਇੱਟ ਲਾ ਸਕਦਾ। ਆ ਸਾਡੇ ਨਵੀਆਂ ਇੱਟਾਂ, ਤਾਂ ਉਹ ਇੱਟਾਂ ਨਵੀਆਂ ਉਹ ਪਈਆਂ ਵਾ ਜਿਹੜੀਆਂ ਲਾ ਰਿਹਾ ਉੱਥੇ ਜਿੱਥੇ ਦਰਖਤ ਪੱਟੀ ਸੀ, ਤੁਸੀਂ ਦੇਖ ਸਕਦੇ ਆ ਕੈਮਰੇ ਦੇ ਨਾਲ ਦਿਖਾ ਲਓ। ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਆ। ਸਰ ਕੀ ਨਾਮ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਅਮਰਜੀਤ ਸਿੰਘ ਉਰਫ ਸੁਰਜੀਤ ਸਿੰਘ, ਸਾਨੂੰ ਸਰਦਾਰ ਦਰਸ਼ਨ ਸਿੰਘ, ਵਾਸੀ ਪਿੰਡ ਵਾਲਨੋ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਅਤੇ ਭਾਅ ਜੀ, ਇਹਨਾਂ ਨੇ ਕੱਤਕਾਂ ਜੋ ਆਪਣੇ ਸੰਬੰਧ ਇਕੱਠੇ ਹੋਏ ਇੱਥੇ, ਇਹਨਾਂ ਨੇ ਧੱਕੇਸ਼ਾਹੀ ਕੀਤੀ ਕੱਲ੍ਹ, ਅਤੇ ਅਸੀਂ ਇੱਥੋਂ ਚੱਲੇ ਗਏ, ਇਹਨਾਂ ਨੇ ਬਾਅਦ ਦੇ ਵਿੱਚ ਦਰਖਤ ਵੱਢਣੇ ਸ਼ੁਰੂ ਕਰ ਦਿੱਤੇ, ਹੈ ਨਾ, ਵੱਢ ਕੇ ਟਰਾਲੀਆਂ 'ਚ ਲੱਦ ਕੇ ਲੈ ਗਿਆ। ਸਾਨੂੰ ਨਹੀਂ ਪਤਾ ਕਿੱਥੇ ਲੱਗਿਆ ਕਿੱਥੇ ਨਹੀਂ, ਇਹ ਧੱਕੇਸ਼ਾਹੀ ਕੀਤੀ, ਗੁੰਡਾਗਰਦੀ ਨਾ ਕੀਤੀ। ਇੱਕ ਐਨ ਆਰ ਆਈ ਆ ਸਰਦਾਰ ਤਾਰਾ ਸਿੰਘ ਤੋਂ, ਕਿਸਾਨੋ ਕਿਸ਼ਨ ਸਿੰਘ, ਉਹ ਨਾਲ ਆ ਕੇ ਉਹਨੇ ਸਾਰੇ ਲਿਆ ਨਾਲ ਲਿਆ ਕੇ ਸਾਰੀ ਕਾਰਵਾਈ ਕੀਤੀ ਇਹ ਇਹਨਾਂ ਨੇ, ਅਤੇ ਸਾਡੇ ਮਗਰੋਂ ਇਹਨਾਂ ਨੇ ਲੈ ਗਏ ਆ। ਆਹ ਹੁਣ 2 ਦਰਖਤ ਜਿਹੜੇ ਬਚੇ ਆ, ਇਹ ਮਗਰੋਂ ਸਾਡੀਆਂ ਜਨਾਨੀਆਂ ਨੇ ਰੋਕ ਕੇ ਹੋਰ ਬਚਾਏ ਇਹਨਾਂ ਕੋਲੋਂ, ਉਹ ਪਰੂਫ ਹਜੇ ਸਬੂਤ ਹੈਗਾ ਵਾ। ਅਸੀਂ ਡੀ ਸੀ ਸਾਹਿਬ ਨੂੰ ਮਿਲੇ ਹਾਂ, ਏ ਡੀ ਸੀ ਸਾਹਿਬ ਨੂੰ ਮਿਲੇ ਹਾਂ, ਬੀ ਡੀ ਓ ਸਾਹਿਬ ਨੂੰ ਮਿਲੇ ਹਾਂ, ਹੈ ਨਾ, ਅਤੇ ਐੱਸ ਐੱਚ ਓ ਸਾਹਿਬ ਨੂੰ ਮਿਲੇ ਨੇ, ਉੱਧਰ ਉਹਨਾਂ ਨੂੰ ਦਿਖਾ ਦਿੱਤੀ ਆ। ਅਤੇ ਹਜੇ ਪ੍ਰਸ਼ਾਸਨ ਕੋਈ ਕਾਰਵਾਈ ਤਾਂ ਕੋਈ ਕੀਤੀ ਨਹੀਂ, ਇੱਕ ਗੇੜਾ ਮਾਰ ਕੇ ਚਲੇ ਗਏ ਇੱਥੋਂ, ਕਿਉਂਕਿ ਉਹ ਕਹਿੰਦੇ ਸਾਡੇ 'ਤੇ ਦਬਾਅ ਬਹੁਤ ਪਿਆ, ਆਪਰੇਟਿੰਗ ਸਾਡੇ 'ਤੇ ਦਬਾਅ ਬਹੁਤ ਜ਼ਿਆਦਾ ਪ੍ਰੈਸ਼ਰ ਆ। ਅਤੇ ਇੱਕ ਪਾਸੇ ਤਾਂ ਗੱਲ ਕਰੀਏ ਭਗਵੰਤ ਸਿੰਘ ਮਾਨ ਜੀ ਜਿਹੜੇ ਹੈਗੇ ਆ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਹ ਤਾਂ ਲਾਈ ਜਾ ਰਹੇ ਜੀ, ਉਹਨਾਂ ਤਾਂ ਕਹਿਣਾ ਕਹਿ ਰਿਹਾ, ਲਾ ਵੀ ਰਹੇ ਉਹ, ਪਰ ਇਹ ਇਦਾਂ ਦੇ ਜਿਹੜੇ ਗੁੰਡਾ ਅੰਸਰੇ ਪੱਟ ਰਹੇ ਵਿੱਚ ਜਿਹੜਾ ਹੈਗਾ ਬੂਟੇ ਲੱਗੇ ਹੋਏ ਜਿਹੜੇ ਹੈਗੇ ਆ, ਉਹ ਜਿਹੜੇ ਪੱਟੇ ਜਾ ਰਹੇ, ਕੀ ਕਹਿਣਾ ਚਾਹੋਗੇ? ਉਹ ਪੱਟੇ ਜਾ ਰਹੇ ਇਹ ਗਲਤੀ ਆ ਜੀ, ਨਜਾਇਜ਼ ਆ, ਸਾਰਾ ਕੁਝ ਧੱਕੇ ਸ਼ਾਹੀ ਕਰਨ ਰਹੇ ਆ। ਹੁਣ ਇੱਥੇ ਹੈ ਵੀ ਨਹੀਂ ਬੰਦਾ ਵੀ ਕੋਈ ਸਾਡਾ, ਹੈ ਨਹੀਂ ਜਿਹੜਾ ਨੂੰ ਕਹਿ ਸਕਦਾ, ਜਨਾਨੀਆਂ ਸੀਗੀਆਂ, ਜਨਾਨੀਆਂ ਦਾ ਕੇ ਮਾਂਡੇ, ਅਸੀਂ ਪੁਲਿਸ ਲਿਆ ਕੇ, ਸਾਡਾ ਰਾਜ ਹੈ, ਅਸੀਂ ਪੁਲਿਸ ਲਿਆ ਕੇ ਇਹਨਾਂ ਨੂੰ, ਅਸੀਂ ਆਹ ਜਿਹੜੇ ਰਹਿੰਦੇ ਵੀ ਪੱਟਾਂਗੇ, ਲਿਆ ਕੇ ਪੁਲਿਸ ਨੂੰ ਲਿਆ ਕੇ ਨਾਲ ਚੜਾਵਾਂਗੇ, ਪੁਲਿਸ ਲਿਆ ਕੇ ਪੱਟਾਂਗੇ, ਤੁਸੀਂ ਡੱਕੋਗੇ ਮੋਹਰੇ, ਜਨਾਨੀਆਂ ਮੋਹਰੇ ਹੋ ਗਈਆਂ, ਕਹਿੰਦੇ ਨਹੀਂ ਪੱਟਣਾ ਦੇਣੇ, ਅਸੀਂ ਪੁਲਿਸ ਲਿਆ ਕੇ ਪਟਾਵਾਂਗੇ। ਤੇ ਕਿਹਦਾ ਲੱਗਦਾ ਕਿ ਕਿਹਦਾ ਜ਼ੋਰ ਲੱਗ ਰਿਹਾ, ਕਿਹੜੀ ਸਰਕਾਰ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਇਹਦੇ ਤੇ? ਸਰਕਾਰ ਤਾਂ ਹੁਣ ਇਹਨਾਂ ਨੂੰ ਪਤਾ ਹੋਊ ਇਹਨਾਂ ਦੇ ਕਿਹੜੇ ਮਗਰ, ਇਹਨਾਂ ਦੇ ਕੌਣ ਹੈ ਹੁਣ ਇਹਨਾਂ ਨੂੰ ਪਤਾ ਹੋਊਗਾ ਕਿਹੜਾ ਨਾਲ। ਅੱਛਾ ਜੀ, ਹਾਂਜੀ ਹਾਂਜੀ। ਹਾਂਜੀ ਭਾਈ ਜੀ, ਕੀ ਨਾਮ ਜੀ? ਹਾਂਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਾਮ ਬਗੀਚਾ ਸਿੰਘ ਜੀ, ਗੁਰੂ ਕਾ ਸਿੰਘ। ਬਗੀਚਾ ਸਿੰਘ ਜੀ, ਇੱਕ ਤੁਹਾਡੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਇੱਕ
ਕੰਪਲੇਂਟ ਆਈ ਆ ਸਾਡੇ ਕੋਲ ਹਾਂਜੀ ਕਿ ਤੁਸੀਂ ਗੁਰੂ ਘਰ ਦੇ ਬਾਹਰ ਜਿਹੜੇ ਬੂਟੇ ਲੱਗੇ ਸੀਗੇ ਉਹ ਵੱਡੇ ਹੈਗੇ ਆ, ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਆਏ, ਕੀ ਮਾਮਲਾ ਇਹ? ਭਾਜੀ ਬੂਟੇ ਵੱਡੇ ਨਹੀਂ, ਪਹਿਲੀ ਗੱਲ ਤਾਂ ਸਾਡੀ ਸੋਚ ਸੀ ਪਹਿਲਾਂ ਹੀ ਬੂਟੇ ਵੀ ਉੱਥੇ ਕੰਮ ਚ ਲਾਉਣਾ ਸੀ, ਕੰਧ ਦਾ ਕੰਧ ਪਲਾਸਟਰ ਕਰਨੀ ਸੀ। ਬਾਪੂ ਤਾਰਾ ਸਿੰਘ ਜੀ ਹੁਣ ਕਹਿੰਦੇ ਕਿ ਅਸੀਂ ਕੰਧ ਪਲਾਸਟਰ ਕਰਨੀ ਆ, ਵੀ ਕੰਧ ਪਲਾਸਟਰ ਦੱਸੋ ਕਿੱਦਾਂ ਹੋਣੀ ਆ, ਵੀ ਬੂਟੇ ਲਾਏ ਆ ਤੁਸੀਂ, ਉਹ ਬੂਟੇ ਹੁਣ ਲਾਏ ਸਾਨੂੰ ਨੀ ਪਤਾ ਕਿੱਦਾਂ ਲੱਗ ਗਏ, ਮਹਾਰਾਜ ਨੂੰ ਪਤਾ ਜਿੱਦਾਂ ਲੱਗ ਗਏ ਜੀ। ਜਦੋਂ ਅਸੀਂ ਦੇਖਿਆ ਮਿਸਤਰੀਆਂ ਨੇ ਵੀ ਸਾਨੂੰ ਇਹ ਜਵਾਬ ਦਿੱਤਾ ਵੀ ਕੰਧ ਫੇਰ ਪਲਾਸਟਰ ਹੋਣੀ ਆ, ਪਹਿਲਾਂ ਤੁਹਾਨੂੰ ਬੂਟੇ ਪੱਟਣੇ ਪੈਣੇ ਆ। ਫਿਰ ਅਸੀਂ ਸਾਰੇ ਪਰਿਵਾਰ ਨੇ ਵਿਚਾਰ ਕੀਤੀ ਆ ਵੀ ਜੇ ਬੂਟੇ ਪੱਟਣੇ ਪੈਣੇ ਆ, ਬੂਟੇ ਆਪਾਂ ਵੱਢਣੇ ਨੇਗੇ। ਲੋਕ ਵੀਡੀਓ 'ਚ ਕਹਿਣ ਦੇ ਬੂਟੇ ਵੱਢ ਦਿੱਤੇ ਇਹਨਾਂ ਨੇ ਧੱਕੇ ਨਾਲ, ਅਸੀਂ ਬੂਟੇ ਵੱਢੇ ਨੇਗੇ ਜੀ। ਮਹਾਰਾਜ ਅੱਗੇ ਗੁਰੂ ਘਰ ਜਾ ਕੇ ਅਰਦਾਸ ਕਰਕੇ, ਗੁਰੂ ਘਰ ਦੀ ਤਾਬਿਆ 'ਚ ਜਾ ਕੇ ਅਰਦਾਸ ਕਰਕੇ ਬੂਟੇ ਪੱਟ ਕੇ ਅਸੀਂ ਦੂਜੇ ਗੁਰੂ ਘਰ, ਜਿਹੜਾ ਸਾਨੂੰ ਮਹਾਰਾਜ ਦੱਸਿਆ ਕਿ ਸ਼ਮਸ਼ਾਨ ਘਾਟ ਵੀ ਇੱਕ ਗੁਰੂ ਘਰ ਆ, ਅਸੀਂ ਇੱਥੇ ਅੱਗੇ ਵੀ ਇਸ ਮੁੰਡੇ ਸਾਰੇ ਕੰਮ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹਾਂ ਮੌਕਾ, ਗਰਾਊਂਡ ਦਾ ਦੇਖ ਸਕਦੇ ਹਾਂ, ਸ਼ਮਸ਼ਾਨ ਘਾਟ ਦਾ ਦੇਖ ਸਕਦੇ ਹਾਂ, ਪਿੰਡ ਦਾ ਦੇਖ ਸਕਦੇ ਹਾਂ। ਅਸੀਂ ਮੁੰਡੇ ਮੂਹਰੇ ਹੋ ਕੇ ਤੁਰੇ ਹਾਂ, ਆਪਦੇ ਪਿੰਡ ਨੂੰ ਇੱਕ ਬਹੁਤ ਵੱਖਰਾ ਜਿਹਾ ਦੇਖਣਾ ਚਾਹੁੰਦੇ ਹਾਂ, ਉਹਦੇ ਲਈ ਪਿੰਡ ਦੀ ਸਾਨੂੰ ਸਪੋਰਟ ਚਾਹੀਦੀ, ਪਰ ਪਿੰਡ ਦੇ ਸਾਡੀਆਂ ਲੱਤਾਂ ਖਿੱਚਣ ਡਏ ਆ। ਦੱਸੋ ਤੁਸੀਂ, ਦੱਸ ਦਿਓ ਤੁਸੀਂ ਪ੍ਰਸ਼ਾਸਨ ਆ, ਜੇ ਕੰਮ ਗਲਤ ਕੀਤਾ ਸੀ, ਅਸੀਂ CM ਸਾਹਿਬ ਭਗਵੰਤ ਮਾਨ ਸਾਹਿਬ ਜੀ ਨੂੰ ਅਪੀਲ ਕਰਦੇ ਹਾਂ, ਅਸੀਂ ਤੁਹਾਡੇ ਮੈਂਬਰ ਹਾਂ, ਜੇ ਅਸੀਂ ਗਲਤ ਕੀਤਾ ਤੁਸੀਂ ਸਾਡੇ ਤੇ ਕਾਰਵਾਈ ਕਰਾ ਦਿਓ, ਸਾਡਾ ਮੌਕਾ ਜ਼ਰੂਰ ਦੇਖੇ ਪ੍ਰਸ਼ਾਸਨ ਆ ਕੇ, ਪਿੰਡ ਦਾ ਸਾਰੇ ਪਿੰਡ ਦਾ ਪ੍ਰਸ਼ਾਸਨ, ਕੋਈ ਵੀ ਕਿਤੇ ਵੀ ਗੱਲ ਪਹੁੰਚਦੀ ਹੈ ਪੰਜਾਬ 'ਚ, ਇੰਡੀਆ 'ਚ, ਵਰਲਡ 'ਚ, ਪ੍ਰਸ਼ਾਸਨ ਨੂੰ ਬੇਨਤੀ ਹੈ ਇੱਕ ਵਾਰੀ ਪਿੰਡ ਆ ਕੇ ਮੌਕਾ ਜ਼ਰੂਰ ਦੇਖ ਜੋ, ਸਾਡੇ ਆ ਕੇ ਦਿਲਾਂ ਦੀਆਂ ਪੁੱਛ ਜੋ, ਸਾਡੇ ਪਿੰਡ ਦੇ ਕੰਮ ਕਾਰਜ ਦੇਖ ਜੋ ਕਿੱਦਾਂ ਹੋਣ ਡਿਆ ਸਾਡੇ, ਅਸੀਂ ਇੱਡੀ ਮਾੜੀ ਕਿਸਮਤ ਵਾਲੇ ਹਾਂ ਸਾਡੇ ਪਿੰਡ ਦੇ, ਬਲਨੋ ਦਾ ਨਗਰ, ਸਾਡੇ ਤੋਂ ਗੁਰੂ ਘਰ ਦਾ ਬਿੱਲ ਨਹੀਂ ਤਰਦਾ, ਅਸੀਂ ਸਾਰੇ ਕਰੋੜਾਂ 'ਚ ਖੇਡਣ ਵਾਲੇ ਬੰਦੇ ਹਾਂ, ਜਦੋਂ ਗੁਰੂ ਘਰ ਦਾ ਬਿੱਲ ਤਾਰਨ ਦੀ ਵਾਰੀ ਆ ਜਾਂਦੀ ਆ ਉਦੋਂ ਕਹਿ ਦਿੰਦੇ ਕਮੇਟੀ ਦੇਖੂ, ਕਮੇਟੀ ਕਿੱਥੋਂ ਦੇਖੂ ਜੀ, ਤੁਸੀਂ ਦੱਸ ਦਿਓ। ਹੋਰ ਜੇ ਕੋਈ ਪੁੱਛਣਾ ਚਾਹੁੰਦੇ ਭਾਅ ਜੀ ਉਹ ਦੱਸ। ਹਾਂਜੀ ਵੀਰ ਜੀ, ਕੀ ਨਾਮ ਜੀ? ਅੰਮ੍ਰਿਤਪਾਲ ਸਿੰਘ ਦਾਸਮਾਨ ਨਾਂ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕੁਛ ਕੁ ਦਿਨਾਂ ਸਾਡੇ ਪਿੰਡ ਬੂਟਿਆਂ ਵਾਲਾ ਮੁੱਦਾ ਬਹੁਤ ਵੱਡਾ ਚੱਲ ਰਿਹਾ ਸੀਗਾ, ਇਹ ਬੂਟੇ ਲੱਗੇ ਹੋਏ ਆ ਜੀ ਗੁਰੂ ਘਰ ਦੀ ਕੰਧ ਦੇ ਨਾਲ, ਜਿਨ੍ਹਾਂ ਦਾ ਕਰਕੇ ਗੁਰੂ ਘਰ ਦੀ ਕੰਧ ਦਾ ਬੜਾ ਨੁਕਸਾਨ ਹੋ ਰਿਹਾ। ਅਤੇ ਸਾਡੇ ਬਾਪੂ ਤਾਰਾ ਸਿੰਘ ਜੀ ਆਏ ਸੀ USA ਵਾਲੇ, ਉਹ ਕਹਿੰਦੇ ਵੀ ਆਪਾਂ ਕੰਧ ਹੀ ਰਿਪੇਅਰ ਕਰਾਉਣੀ ਆ, ਅਸੀਂ ਉਹਦੇ ਵਾਸਤੇ ਤੁਰੇ ਹਾਂ, ਅਤੇ ਬੂਟੇ ਵਿੱਚ ਦਖਲ ਦੇ ਰਹੇ ਸੀਗੇ। ਇਹ ਬੰਦਿਆਂ ਨੂੰ ਕਿਹਾ ਵੀ ਬੂਟੇ ਪੱਟ ਲਈਏ ਕੁਛ ਵੀ ਆ, ਇਹ ਬੰਦੇ ਉੱਥੇ ਆਏ ਨਹੀਂ, ਤਾਂ ਮੂਹਰਿਓਂ ਸਾਨੂੰ ਇਹ ਵੈਲਡਿੰਗ ਆਈ ਜਵਾਬ ਵੀ ਪਰਚਾ ਕਰਾ ਦਾਂਗੇ, ਠੀਕ ਹੈ, ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਗੁਰੂ ਘਰ ਦੀਆਂ ਨੀਆਂ 'ਚ ਪਾਣੀ ਪਾਉਣਾ ਸਾਡਾ ਕੋਈ ਮਤਲਬ ਨੀਗਾ, ਮੇਰੀ ਨਿੱਜੀ ਪ੍ਰੋਪਰਟੀ ਹੋਵੇ ਮੈਂ ਕਰਾਂ, ਉਹ ਗੁਰੂ ਘਰ ਦੀਆਂ ਨੀਆਂ ਆ, ਠੀਕ ਹੈ ਜੀ। ਬੂਟੇ ਉਹ ਲੱਗੇ ਹੋਏ ਆ, ਅਸੀਂ ਇਸ ਤਰ੍ਹਾਂ ਲਾਤੇ ਆ ਲਿਆਣ ਕੇ, ਇਹਦੇ 'ਚ ਕੋਈ ਪੱਖਵਾਦੀ ਨਹੀਂ, ਕੋਈ ਗੱਲਬਾਤ ਨੀਗੀ, ਜਾਂ ਸ਼ਮਸ਼ਾਨ ਘਾਟ ਦੇ ਵਿੱਚ ਬੂਟੇ ਲੱਗ ਚੁੱਕੇ ਆ, ਵੀ ਇਹ ਤਾਂ ਐਵੇਂ ਪਲੰਘੜ ਬਣਾਇਆ ਜਾ ਰਿਹਾ ਬਾਤਾਂ ਦਾ, ਵੀ ਕੋਈ ਵੀ ਗੱਲਬਾਤ ਆ, ਇੱਦਾਂ ਦੀ ਕੋਈ ਗੱਲਬਾਤ ਨੀਗੀ, ਨਗਰ ਇੱਕ ਸੁਜੁੱਟ ਆ, ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।